ਕੁਝ ਕਾਲਜਸ ਯੂਨੀਵਰਸਿਟੀਆਂ ਨੇ ਆਫਰ ਲੈਟਰ ਦੇਣ ਤੋਂ ਜਵਾਬ ਦੇ ਦਿੱਤਾ ਹੈ ਜੈਨ ਟੈਕ ਦੇ ਵੀ ਬਹੁਤ ਘੱਟ ਆਪਸ਼ਨਸ ਨੇ ਜੈਨ ਟੈਕ ਵਿੱਚ ਤੁਸੀਂ ਕੀ ਕਰੋ ਹੋਂਗੇ ਸੋ ਮੇਨ ਟੈਕ ਲਈ ਉਹੀ ਚੀਜ਼ਾਂ ਨੇ ਜੀ ਜਿਹੜੇ ਬੱਚਿਆਂ ਦੀ ਅ ਰਿਫਿਊਜ਼ਲ ਆਈ ਹੋਈ ਸੀ ਸਪੋਰਟ ਸੋ ਅਗਰ ਫਾਈਨੈਂਸ਼ੀਅਲ ਨੂੰ ਲੈ ਕੇ ਤੁਹਾਡੇ ਨੌਨ ਐਜਿਸ ਕੈਟਾਗਰੀ ਦੇ ਵਿੱਚ ਰਿਫਿਊਜ਼ਲ ਆਇਆ ਸੋ ਜੋ ਵੀ ਤੁਸੀਂ ਕਰ ਲੋ ਮੈਂ ਤਾਂ ਕਹਿਣਾ ਵੀ ਉਹ ਬੱਚੇ ਵੀ ਨਵੰਬਰ ਤੋਂ ਪਹਿਲਾਂ ਪਹਿਲਾਂ ਅਸੀਂ ਕੋਸ਼ਿਸ਼ ਕਰ ਲੈਣ ਮੇਨ ਟੈਕ ਦੀ ਬਟ ਅਗਰ ਤੁਸੀਂ ਮੇਨ ਟੈਕ 'ਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੋ ਜਿਹੜੇ ਵੀਜ਼ਾ ਚਾਂਸਸ ਨੇ ਉਹਨਾਂ ਦਾ ਜ਼ਿਆਦਾ ਜਿਹੜਾ ਡਿਪੈਂਡ ਕਿਸ ਚੀਜ਼ ਨੂੰ ਲੈ ਕੇ ਸੋ ਮੈਂ ਤਾਂ ਕਹਿੰਦਾ ਅਗਰ ਤੁਹਾਡੇ ਕੋਲ ਸਾਰਾ ਕੁਝ ਹੋ ਚੁੱਕਿਆ ਫਾਈਲ ਤੁਸੀਂ ਮੈਸੇਜ ਲਗਾ ਦੇਣੇ ਹੋ ਠੀਕ ਹੈ ਹਾਂਜੀ ਸੱਸੀ ਗਾਲ ਜੀ ਉਮੀਦ ਕਰਦਾ ਤੁਸਾਰੇ ਜਾਣੇ ਚੜ੍ਹਦੀ ਕਲਾ ਜੋਗੇ ਤੰਦਰੁਸਤ ਹੋਗੇ ਤੇ ਬਹੁਤ ਜ਼ਿਆਦਾ ਖੁਸ਼ ਹੋਗੇ ਸੋ ਆਪ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਮੇ 2023 ਇਨਟੇਕ ਲਈ ਬੈਸਟ ਟਾਈਮ ਕਿਹੜਾ ਕੁਝ ਕਾਲਜਿਸ ਯੂਨੀਵਰਸਿਟੀਆਂ ਨੇ ਆਫਰ ਲੈਟਰ ਦੇਣ ਤੋਂ ਜਵਾਬ ਦੇ ਦਿੱਤਾ ਕਿਉਂਕਿ ਉਹ ਸੈਪਟੰਬਰ 2023 ਦਾ ਦੇ ਰਹੇ ਨੇ ਕਿਉਂਕਿ ਲਾਸਟ ਈਅਰ ਕਰਕੇ ਸੈਪਟੈਂਬਰ ਇਕਦਮ ਚ ਨਿਕਲ ਲ ਗਿਆ ਪਤਾ ਹੀ ਨਹੀਂ ਲੱਗਿਆ ਜੈਨ ਟੈਕ ਦੇ ਵੀ ਬਹੁਤ ਘੱਟ ਆਪਸ਼ਨਸ ਨੇ ਜੈਨ ਟੈਕ ਵਿੱਚ ਤੁਸੀਂ ਕੀ ਕਰ ਰਹੇ ਹੋਗੇ ਕੀ ਕਰਨਾ ਤੁਹਾਨੂੰ ਚਾਹੀਦਾ ਫਾਈਲ ਉਹ ਜੀਆਈਸੀ ਐਸਓਪੀ ਸਾਰਾ ਕੁਝ ਉਹ ਮੈਂ ਲਾਸਟ ਵੀਡੀਓ ਚ ਪਾਇਆ ਹੋਇਆ ਜੈਨ 2023 ਕੈਨੇਡਾ ਅਪਡੇਟ ਉਹ ਗੋ ਐਂਡ ਵਾਚ ਦੈਟ ਵੀਡੀਓ ਸੋ ਮੇਨ ਟੈਕਲੀ ਉਹੀ ਚੀਜ਼ਾਂ ਨੇ ਜੀ ਜਿਹੜੇ ਬੱਚਿਆਂ ਦੀ ਅ ਰਿਫਿਊਜ਼ਲ ਆਈ ਹੋਈ ਸੀ ਸਪੋਜ਼ ਕਿਸੇ ਫਾਈਨੈਂਸ਼ੀਅਲ ਨੂੰ ਕਰਕੇ एसडीएस नॉन एसडीएस कैटेगरी करके या कमजोर फाइल है 3-4 साल का गैप so, है उस एसडीएस कैटेगरी से भी ਤੁਸੀਂ ਫਾਈਨੈਂਸ਼ੀਅਲ ਸੈਡ ਆਨ ਕਰੋਗੇ ਸੋ ਅਗਰ ਫਾਈਨੈਂਸ਼ੀਅਲ ਨੂੰ ਲੈ ਕੇ ਤੁਹਾਡੇ ਨੌਨ एसडीएस कैटेगरी ਦੇ ਵਿੱਚ ਰਿਫਿਊਜ਼ਲ ਆਇਆ ਸੋ ਜੋ ਵੀ ਤੁਸੀਂ ਪੀਪੀਐਫ ਜੀਪੀਐਫ ਸ਼ੋ ਕਰਦੇ ਹੋ ਉਹ ਇੱਕ ਐਕਸਟਰਾ ਪਾਰਟ ਹੈ ਅਗਰ ਤੁਸੀਂ ਫੰਡਸ ਸ਼ੋ ਕਰ ਰਹੇ ਹੋ ਫੰਡਸ ਨਾਲ ਜੀਪੀਐਫ ਪੀਪੀਐਫ ਸ਼ੋ ਕਰ ਸਕਦੇ ਹੋ ਕੱਲਾ ਜੀਪੀਐਫ ਪੀਪੀਐਫ ਤੁਸੀਂ ਸ਼ੋ ਨਹੀਂ ਕਰ ਸਕਦੇ ਐਫ ਡੀ ਉਹ ਤੁਹਾਨੂੰ ਫੰਡਸ ਦੇ ਲਿਕਵਿਡ ਕੈਸ਼ ਤੁਹਾਨੂੰ ਨਾਲ ਲਗਾਉਣੀ ਹੀ ਲਗਾਉਣੀ ਪਊਗੀ ਬਿਸ਼ਰਤੇ ਤੁਹਾਡਾ ਕੇਸ ਨੌਨ ਐਸਡੀएस ਹੋਵੇ ਰਾਈਟ ਸੋ ਜਿਹੜੇ ਸਟੂਡੈਂਟਸ ਨੇ ਹੁਣ ਕਾਲਜ ਯੂਨੀਵਰਸਿਟੀ ਦਾ ਆਫਰ ਲੈਟਰ ਜਿਹੜਾ ਬੱਚਿਆਂ ਦਾ ਆਇਆ ਹੋਇਆ ਸੋ ਉਹਨਾਂ ਲਈ ਬੈਸਟ ਟਾਈਮ ਹੈਗਾ 20 ਅਕਤੂਬਰ ਤੋਂ ਪਹਿਲਾਂ ਜਿਹੜੇ ਜੈਨ ਟੈਕ 'ਚ ਅਪਲਾਈ ਕਰਨਾ ਚਾਹੁੰਦੇ ਨੇ ਸੋ ਨਵੰਬਰ ਦੇ ਐਂਡ ਤੋਂ ਪਹਿਲਾਂ ਪਹਿਲਾਂ ਕੋਸ਼ਿਸ਼ ਕਰੋ ਤੁਸੀਂ ਆਪਣੀ ਸਾਰਾ ਫੀਸ ਜੀਆਈਸੀ ਐਸਓਪੀ ਸਾਰਾ ਕੁਝ ਫਾਈਲ ਲੋਡ ਤੁਸੀਂ ਕਰ ਲਓ ਮੈਂ ਤਾਂ ਕਹਿਣਾ ਵੀ ਉਹ ਬੱਚੇ ਵੀ ਨਵੰਬਰ ਤੋਂ ਪਹਿਲਾਂ ਪਹਿਲਾਂ ਹੀ ਕੋਸ਼ਿਸ਼ ਕਰ ਲੈਣ ਮੇਨ ਟੈਕ ਦੀ ਕਿਉਂਕਿ ਉਸ ਤੋਂ ਬਾਅਦ ਕਾਲਜ ਪੀਪੀਆਰ ਪੋਲਿਸੀ ਮੰਗਨ ਲਾਇਆ ਜਾਂਦਾ ਹੈ ਠੀਕ ਹੈ ਵੀ ਪੀਪੀਆਰ ਦੋ ਕਿਉਂਕਿ ਜੈਨ ਟੇਕ ਤੇ ਜਿਹੜੇ ਬੱਚਿਆਂ ਦੇ ਵੀਜ਼ਾਸ ਆਉਣਗੇ ਉਹਨਾਂ ਨੂੰ ਮੋਸਟ ਪ੍ਰੋਬੇਬਲੀ ਜੈਨ ਤੋਂ ਮੇਪੇ ਜਾਣਗੇ ਤਾਂ ਮੇਜ ਅਗਰ ਤੁਸੀਂ ਮੇਰੇ ਵਰਗ ਨੇ ਅਪਲਾਈ ਕੀਤਾ ਹੋਊਗਾ ਤਾਂ ਉਹਨਾਂ ਨੂੰ ਯੂਨੀਵਰਸਿਟੀ ਕਾਲਜ ਸੈਪਟੈਂਬਰ 2023 ਲਈ ਭੇਜੂਗਾ ਉਹੀ ਚੀਜ਼ ਇਨਟੇਕ ਹੋਣ ਤੋਂ ਘੱਟੋ ਘੱਟ 3 ਮਹੀਨੇ ਪਹਿਲਾਂ ਤੁਸੀਂ ਕਾਲੋ ਤਾਂ ਕਨਫਰਮੇਸ਼ਨ ਲੈ ਸਕਦਾ ਹੋ ਕਿ ਕੀ ਸਾਡਾ ਇਨਟੇਕ ਮਿਲ ਜੂਗਾ ਪੌਸਿਬਿਲਟੀ ਘੱਟ ਹੈ ਕਿ ਤੁਹਾਨੂੰ ਕਾਲਜ ਅਗਰ ਮੇ ਟੇਕ ਤੁਸੀਂ ਜਾ ਰਹੇ ਹੋ ਜਨਵਰੀ ਦੇ ਵਿੱਚ ਤੁਸੀਂ ਮੰਗ ਰਹੇ ਹੋ ਪੋਸਿਬਿਲਟੀ ਘੱਟ ਹੈ ਤੁਹਾਨੂੰ ਜਨਵਰੀ ਦੇ ਐਂਡ ਤੇ ਜਾਂ ਫੈਬਰੂਰੀ ਦੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਕਾਲਜ ਦੱਸੂਗਾ ਕਿ ਤੁਹਾਡਾ ਨੈਕਸਟ ਇੰਟੇਕ ਸੈਪਟੈਂਬਰ ਦੇ ਵਿੱਚ ਕਨਫਰਮ ਹੈਗਾ ਨਵੰਬਰ ਦੇ ਵਿੱਚ ਅਗਰ ਤੁਸੀਂ ਫਾਈਲ ਔਚ ਕਰਦੇ ਹੋ ਤੁਹਾਡੇ ਕੋਲ ਦਸੰਬਰ ਜਨ ਫੈਬ ਮਾਰਚ ਅਪ੍ਰੈਲ ਤੁਹਾਡੇ ਕੋਲ ਘੱਟੋ ਘੱਟ 5 ਮਹੀਨੇ ਹੋਣਗੇ ਜੀ ਠੀਕ ਹੈ ਐਮਬੈਸੀ ਨੂੰ ਟਾਈਮ ਚਾਹੀਦਾ ਐਮਬੈਸੀ ਤਿੰਨ ਮਹੀਨਿਆਂ ਦਾ ਟਾਈਮ ਲੈ ਰਹੀ ਹੈ ਤਾਂ ਹੀ ਤਾਂ ਹੈ ਵੀ ਜਿਹੜੇ ਜਨ ਅਪਲਾਈ ਕਰਨਗੇ ਬਹੁਤ ਘੱਟ ਚਾਂਸਿੰਗ ਹੈ ਕਿ ਉਹਨਾਂ ਦਾ ਜਲਦੀ ਜਲਦੀ ਰਿਜ਼ਲਟ ਆ ਜਾਏ ਜਿਹੜੀਆਂ ਫਾਈਲ ਆਲਰੇਡੀ ਲੌਂਚ ਕਰਨਾ ਚਾਹੁੰਦੇ ਨੇ ਪੰਜ ਚਾਰ ਦਿਨਾਂ ਤੱਕ ਜਾਂ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਬਹੁਤ ਹਾਈ ਚਾਂਸਿੰਗ ਹੈ ਉਹਨਾਂ ਦੇ ਵੀਜ਼ਾ ਆ ਜਾਣ ਕਿਉਂਕਿ 3 ਮਹੀਨੇ ਦਾ ਟਾਈਮ ਹੈ ਬੇਸਿਕ ਕੋਲ ਬਟ ਅਗਰ ਤੁਸੀਂ ਮੇਨ ਟੈਕ ਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੇਟ ਨਾ ਕਰੋ ਟਾਈਮ ਵੇਸਟ ਬਿਲਕੁਲ ਨਾ ਕਰੋ ਅਗਰ ਤੁਹਾਡੀ ਰਿਕੁਆਇਰਮੈਂਟ ਘਟ ਹੈ ਤਾਂ ਆਫਲਾਈਟਰ ਅਪਲਾਈ ਕਰਕੇ ਸਾਰੀ ਫਾਈਲ ਤਿਆਰ ਕਰ ਲਓ ਇਧਰੋਂ ਜੀਆਈਸੀ ਫੀਸ ਵਗੈਰਾ ਐਸਡੀਐਸ ਨੋਨ ਐਸਡੀਐਸ ਕੈਟੇਗਰੀ ਵਟ ਏਵਰ ਹੈ ਤਾਂ ਕੋਸ਼ਿਸ਼ ਕਰੋ ਨਾਲ ਦੀਆਂ ਤੁਸੀਂ ਕੱਚਾ ਬੈਂਡ ਸਕੋਰ ਲੈ ਲਓ ਜਿਸ ਬਿਅਾਫ ਤੇ ਜਦੋਂ ਤੁਸੀਂ ਫਾਈਲ ਔਚ ਕਰਨੀ ਹੈ ਆਪਣਾ ਜਿਹੜਾ ਲੇਟੈਸਟ ਤੁਹਾਡਾ ਆਈਸੀ ਜਾਂ ਪੀਟੀ ਦਾ ਹਾਈ ਸਕੋਰ ਆਇਆ ਤੁਹਾਡਾ ਉਹ ਤੁਸੀਂ ਅਪਡੇਟ ਕਰ ਲਓ ਤਾਂ ਕਿ ਤੁਹਾਡੇ ਵੀਜ਼ਾ ਚਾਂਸਸ ਕਾਫੀ ਜ਼ਿਆਦਾ ਇਨਕਰੀਜ਼ ਹੋ ਜਾਣ ਸੋ ਜਿਹੜੇ ਵੀਜ਼ਾ ਚਾਂਸਸ ਨੇ ਉਹਨਾਂ ਦਾ ਜ਼ਿਆਦਾ ਜਿਹੜਾ ਡਿਪੈਂਡ ਕਿਸ ਚੀਜ਼ ਨੂੰ ਲੈ ਕੇ ਹੈ ਐਸਓਪੀ ਸਟਰੋਂਗ ਨੂੰ ਲੈ ਕੇ ਇੰਟ ਕੋਈ ਸਮਾਂ ਸੀ ਜਿੱਥੇ ਬਿਨਾ ਐਸਓਪੀ ਤੋਂ ਫਾਈਲਸ ਲਗਾਉਂਦੇ ਸੀਗੇ ਕੋਈ ਸਮਾਂ ਸੀਗਾ ਰਾਈਟ ਸੋ ਅੱਜ ਦਾ ਜੋ ਸਿਨੈਰੀਓ ਚੱਲ ਰਿਹਾ ਜੀ ਉਹ ਐਸਓਪੀ ਤੋਂ ਬਿਨਾ ਫਾਈਲ ਲਗਾਉਣਾ ਬਹੁਤ ਇੱਕ ਰਿਸਕੀ ਫੈਕਟਰ ਮੰਨਿਆ ਜਾਂਦਾ ਚਾਹੇ ਤੁਹਾਡੇ 55% ਨੇ ਚਾਹੇ ਤੁਸੀਂ 80 ਜਾਂ 85% ਵਾਲਿਓ ਇਹ ਟੈਂਸ਼ਨਸ ਕਲੀਅਰ ਹੋਣੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਨੂੰ ਬੱਚੇ ਨੂੰ ਹੀ ਵੀਜ਼ਾ ਮਿਲ ਰਿਹਾ ਜਿਨ੍ਹਾਂ ਦੀ ਪ੍ਰੋਫਾਈਲ ਅੱਛੀ ਹੈ ਕਾਲਜ ਕੈਂਪਸ ਦਾ ਸਕਸੈਸ ਰੇਟ ਥੋੜਾ ਬਤਾਂ ਮੰਨ ਸਕਦੇ ਆ ਐਜ਼ ਕੰਪੈਰੀਟਿਵਲੀ ਟੂ ਪ੍ਰਾਈਵੇਟ ਕਾਲਜਿਸ ਇੱਕ ਬੱਚਾ 5-6 ਲੱਖ ਦੀ ਫੀਸ ਭਰ ਰਿਹਾ ਪ੍ਰਾਈਵੇਟ ਕਾਲਜ ਜਿੱਥੇ ਵਰਕ ਪਰਮਿ ਬੱਚੇ ਦੇ ਬੈਂਡ ਸਕੋਰ ਵੀ ਸਹੀ ਨਹੀਂ ਹੈਗੇ ਠੀਕ ਹੈ ਸਕੋਰ ਵੀ ਬੱਚੇ ਦਾ ਬਹੁਤ ਘੱਟ ਹੈ ਅਕੈਡੈਮਿਕ ਲੋਕ ਤਾਂ ਬਹੁਤ ਹਾਈ ਚਾਂਸ ਨੇ ਕਿ ਬੱਚੇ ਨੂੰ ਰਿਫਿਊਜ਼ਲ ਆ ਜਾਈ ਉੱਥੇ ਹੀ ਅਗਰ ਤੁਸੀਂ ਇੱਕ ਪਬਲਿਕ ਫੰਡਡ ਯੂਨੀਵਰਸਿਟੀ ਕਾਲਜ ਦੇ ਵਿੱਚ ਜਿੱਤੇ ਪੀ ਜੀ ਡਬਲਯੂ ਪੀ ਕੈਟਾਗਰੀ ਦਾ ਤੁਹਾਨੂੰ ਵਰਕ ਪਰਮਿਟ ਮਿਲਦਾ ਹੈ ਅੱਛੀ ਪ੍ਰੋਫਾਈਲ ਹੈ ਤੁਹਾਡੀ 60 65% ਤੁਹਾਡੇ ਮੈਂ ਕਹਿੰਦਾ 58% ਵੀ ਨੇ ਜੇ ਜੇ ਨਾਲ ਤੁਹਾਡੇ ਆਇਲਟਸ ਤੇ ਤੁਹਾਡਾ ਅੱਛਾ ਬੈਂਡ ਸਕੋਰ ਹੈ ਪੀਟੀ ਚ ਅੱਛਾ ਬੈਂਡ ਸਕੋਰ ਹੈ 2-3 ਸਾਲ ਦਾ ਗੈਪ ਹੈ ਕੋਈ ਪ੍ਰੋਬਲਮ ਨਹੀਂ ਐਸਓਪੀ ਚ ਪ੍ਰੋਪਰ ਆਫ ਦੀ ਇੰਟੈਂਸ਼ਨਸ ਕਲੀਅਰ ਕਰੋ ਕਿ ਅਸੀਂ ਸੀਰੀਅਸ ਬੱਚੇ ਆ ਅਸੀਂ ਟੈਂਪੋਰਰੀ ਸਟੇ ਉੱਥੇ ਸਾਡੀ ਕਨਫਰਮ ਹੈ ਜੀ ਅਸੀਂ ਟੈਂਪੋਰਰੀ ਸਟੇ ਹੈ ਸਾਡੀ ਅਸੀਂ ਉੱਥੇ ਸਟੱਡੀ ਕਰਕੇ ਅਸੀਂ ਵਾਪਸ ਆਉਣਾ ਇੱਕ ਇਹ ਦੇ ਨਾਲ ਪਰਪਸ ਆਫ ਵਿਜ਼ਿਟ ਸਾਡਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਰਦਲੀ ਸਟੱਡੀ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ ਜੋ ਜੋ ਰੀਜ਼ਨ ਨੇ ਐਸਬੀ ਜਮ ਬਹੁਤ ਕੁਝ ਸਮਝਾ ਚੁੱਕੇ ਆ ਸੋ ਬੈਟਰ ਹੀ ਹੈ ਜੀ ਨਵੰਬਰ ਦੇ ਵਿੱਚ ਵਿੱਚ ਉਹ ਬੱਚੇ ਮੇਨ ਟੇਕਲੀ ਫਾਈਲ ਲਾਜ ਕਰਦਣ ਬਹੁਤ ਅੱਛਾ ਟਾਈਮ ਹੈ ਠੀਕ ਹੈ ਸੋ ਮੈਂ ਤਾਂ ਕਹਣਾ ਅਗਰ ਤੁਹਾਡੇ ਕੋਲ ਸਭ ਕੁਝ ਹੋ ਚੁੱਕਿਆ ਫਾਈਲ ਤੁਸੀਂ ਐਮਬੈਸੀ 'ਚ ਲਗਾ ਦੰਨੇ ਹੋ ਠੀਕ ਹੈ ਉਸ ਟਾਈਮ ਵੇਸਟ ਨਾ ਕਰੋ ਟਾਈਮ ਵੇਸਟ ਦੀ بجائے ਤੁਸੀਂ ਕੋਈ ਆਪਣਾ ਸਕਿੱਲ ਡਿਵੈਲਪ ਕਰ ਲਓ ਜਿਹੜਾ ਤੁਹਾਨੂੰ ਉੱਥੇ ਬੈਨੀਫਿਟ ਹੋਵੇ ਉੱਥੇ ਜਾ ਕੇ ਠੀਕ ਹੈ ਐਸਓਪੀ ਨੂੰ ਲੈ ਕੇ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਜਾਂ ਫਾਈਲਿੰਗ ਨੂੰ ਲੈ ਕੇ ਨਿਚੇ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਨੈਕਸਟ ਵੀਡੀਓ 'ਚ ਗੱਲ ਕਰਾਂਗੇ ਟਿਲ ਥੈਂਕ ਯੂ ਗੁੱਡ ਬਾਏ ਰੱਬ ਰੱਖਾ